ਜਠੇਰੇ ਕੀ ਹੁੰਦੇ ਆ? ਜਠੇਰਿਆਂ ਨੂੰ ਮੰਨਦੇ ਤਾਂ ਬਥੇਰੇ ਲੋਕ ਆ, ਪਰ ਜ਼ਿਆਦਾਤਰ ਦੇਖਿਓ ਦੇਖੀ ਮੰਨਦੇ ਆ। ਅਸਲ ਮਤਲਬ ਜਾਂ ਇਸਦਾ ਪਿਛੋਕੜ ਕਿਸੇ ਨੂੰ ਘੱਟ ਹੀ ਪਤਾ। ਜਿਵੇਂ ਨਵੀਂ ਵਿਆਹੀ ਨੂੰ ਆਈ ਜਠੇਰਿਆਂ ਦੇ ਮੱਥਾ ਟਿਕਾ ਲਿਆ, ਨਾ ਉਹਨੇ ਪੁੱਛਿਆ ਡਰਦੀ ਨੇ ਕਿ ਇਹ ਹੈ ਕੀ, ਤੇ ਨਾ ਘਰਦਿਆਂ ਨੂੰ ਪਤਾ, ਕਿਉਂਕਿ ਉਹਦੀ ਸੱਸ ਵੀ ਆਪ ਜਦੋਂ ਵਿਆਹੀ ਆਈ ਸੀ ਉਹਨੂੰ ਵੀ ਮੱਥਾ ਟਿਕਵਾਇਆ ਗਿਆ ਸੀ ਕਿ ਆਪਣੇ ਜਠੇਰੇ ਆ। ਜਠੇਰੇ ਹੁੰਦੇ ਕੀ ਆ, ਕਿਉਂ ਪੂਜੇ ਜਾਂਦੇ ਆ? ਸਿੱਖੀ ਸਿਧਾਂਤਾਂ ਅਨੁਸਾਰ ਜਠੇਰੇ ਪੂਜਣਾ ਸਹੀ ਹੈ ਕਿ ਗਲਤ ਹੈ? ਇਹ ਧਾਰਮਿਕ ਰਵਾਇਤ ਹੈ ਜਾਂ ਸਮਾਜਿਕ ਰੀਤੀ ਜਾਂ ਫਿਰ ਸਿਰਫ ਇੱਕ ਪਖੰਡ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ। ਹੁਣ ਸਾਡੇ ਵੀ ਜਠੇਰੇ ਹੈਗੇ ਆ, ਪਰ ਹੁਣ ਕਹਿੰਦੇ ਪਾਕਿਸਤਾਨ 'ਚ ਆ। ਵੀਡੀਓ ਦੇ ਅਖੀਰ 'ਚ ਆਪਣੇ ਜਠੇਰਿਆਂ ਬਾਰੇ ਵੀ ਦੱਸੂੰਗਾ, ਵੀਡੀਓ ਅਖੀਰ ਤੱਕ ਦੇਖਿਓ। ਵੈਸੇ ਵੀ ਜਾਣਕਾਰੀ ਭਰਪੂਰ ਵੀਡੀਓ ਹੋਣੀਆਂ ਹੈ, ਧਿਆਨ ਨਾਲ ਸੁਣਿਓ ਤੇ ਦੇਖਿਓ ਜਠੇਰਿਆਂ ਦਾ ਅਸਲ ਮਤਲਬ ਕੀ ਹੈ। ਜਠੇਰੀ ਸ਼ਬਦ ਅਸਲ ਵਿੱਚ ਜੇਠਾ ਤੋਂ ਬਣਿਆ ਹੈ। ਜੇਠਾ ਯਾਨੀ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਬੱਚਾ ਹੋਵੇ ਉਹਨੂੰ ਜੇਠਾ ਕਿਹਾ ਜਾਂਦਾ। ਜੇਠੇ ਤੋਂ ਜੇਠ ਵੀ ਬਣਿਆ ਕਿਉਂਕਿ ਜੇਠ ਯਾਨੀ ਵੱਡਾ ਭਰਾ, ਜਿਸਦੇ ਹੋਰ ਛੋਟੇ ਭੈਣ ਭਰਾ ਹੋਣ, ਤੇ ਪਹਿਲਾ ਵੱਡਾ ਬੱਚਾ ਹੋਣ ਕਰਕੇ ਉਹ ਹੋਇਆ ਜੇਠ। ਇਸਦਾ ਇੱਕ ਹੋਰ ਸੰਬੰਧ ਗੋਤ ਨਾਲ ਵੀ ਮੰਨਿਆ ਜਾਂਦਾ, ਯਾਨੀ ਕਿਸੇ ਟੱਬਰ ਦੀ ਖਾਨਦਾਨ ਦੀ ਗੋਤ। ਪਹਿਲੇ ਸਮਿਆਂ 'ਚ ਜਦੋਂ ਪਿੰਡ ਵੱਜੇ, ਪਿੰਡ ਵਸਣੇ ਸ਼ੁਰੂ ਹੋਏ, ਤਾਂ ਜਦੋਂ ਉਹਨਾਂ ਸਮਿਆਂ 'ਚ ਲੋਕ ਕਬੀਲਿਆਂ ਵਾਂਗ ਹੁੰਦੇ ਸੀ ਕਿ ਸਾਰਾ ਲਾਣਾ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਸੀ, ਫਿਰ ਕੋਈ ਸੋਹਣੀ ਥਾਂ ਦੇਖ ਕੇ ਉੱਥੇ ਵਸ ਜਾਂਦੇ, ਤਾਂ ਉਸ ਸਾਰੇ ਲਾਣੇ ਦਾ ਜੋ ਸਿਆਣਾ ਹੁੰਦਾ ਸੀ, ਬਜ਼ੁਰਗ ਹੁੰਦਾ ਸੀ, ਸਭ ਤੋਂ ਵੱਡਾ, ਜਿਹੜਾ ਉਹ ਪਿੰਡ ਵਸਾਉਂਦਾ ਹੁੰਦਾ ਸੀ। ਗੋਤ ਦਾ ਅਰਥ ਹੈ ਕੁੱਲ, ਵੰਸ਼, ਖਾਨਦਾਨ ਜਾਂ ਕਬੀਲਾ। ਤਾਂ ਕਿਸੇ ਗੋਤ ਦਾ ਕੋਈ ਬਜ਼ੁਰਗ ਉਹ ਪਿੰਡ ਵਸਾਉਂਦਾ ਤੇ ਅੱਗੇ ਦੀ ਅੱਗੇ ਪਰਿਵਾਰ ਵਧੇ, ਪੀੜ੍ਹੀਆਂ ਵਧੀਆਂ। ਜਦੋਂ ਉਸ ਸਿਆਣੇ ਦੀ ਮੌਤ ਹੁੰਦੀ ਤਾਂ ਜਿਵੇਂ ਹੁਣ ਵੀ ਕਿਸੇ ਦੀ ਸਾਲ ਬਾਅਦ ਬਰਸੀ ਮਨਾਈ ਜਾਂਦੀ ਹੈ, ਤਾਂ ਉਹਦੇ ਪਰਿਵਾਰ ਦੇ ਵੰਸ਼ ਦੇ ਲੋਕ ਸਾਲ ਬਾਅਦ ਉਹਨੂੰ ਸਤਿਕਾਰ ਵਜੋਂ ਯਾਦ ਕਰਦੇ। ਹੌਲੀ ਹੌਲੀ ਲੋਕ ਥੋੜਾ ਵਹਿਮਾਂ 'ਚ ਪੈ ਗਏ, ਤਾਂ ਉਹਨਾਂ ਸਿਆਣੇ ਨੂੰ ਜੇਠਾ ਕਹਿ ਕੇ ਪੂਜਣਾ ਸ਼ੁਰੂ ਕਰਤਾ ਤੇ ਉਹਨੂੰ ਜਠੇਰਾ ਬਣਾ ਲਿਆ। ਯਾਨੀ ਆਪਣੇ ਬਜ਼ੁਰਗ ਨੂੰ ਯਾਦ ਕਰਨ ਦੀ ਰਵਾਇਤ ਉਹਨੂੰ ਪੂਜਣ ਤੱਕ ਪਹੁੰਚ ਗਈ। ਜਿਵੇਂ ਸਨਾਤਨ ਧਰਮ ਵਿੱਚ ਪਿਤਰ ਪੂਜਾ ਹੁੰਦੀ ਹੈ ਕਿ ਉਹ ਲੋਕ ਆਪਣੇ ਪਿਤਰਾਂ ਨੂੰ, ਭਾਵ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਜਿਹੜੇ ਮਰ ਚੁੱਕੇ ਹੁੰਦੇ ਆ। ਤਾਂ ਦੇਖੋ ਦੇਖੀ ਇਹ ਪਰੰਪਰਾ ਸਿੱਖ ਪਰਿਵਾਰਾਂ ਵਿੱਚ ਵੀ ਆ ਗਈ ਤੇ ਸਿੱਖ ਪਰਿਵਾਰ ਵੀ ਆਪਣੇ ਬਜ਼ੁਰਗਾਂ ਨੂੰ ਜਠੇਰੇ ਆ ਕੇ ਪੂਜਣ ਲੱਗ ਪਏ। ਜਿਵੇਂ ਦੱਸਿਆ ਹੀ ਹੈ ਕਿ ਜਠੇਰਿਆਂ ਦਾ ਸੰਬੰਧ ਗੋਤ ਨਾਲ ਜੁੜਿਆ ਹੋਇਆ। ਕਿਸੇ ਸਮੇਂ ਸਾਡੇ ਬਜ਼ੁਰਗ ਕਬੀਲਿਆਂ ਵਿੱਚ ਵੰਡੇ ਹੋਏ ਸੀ ਤੇ ਕਬੀਲੇ ਦੇ ਵਡੇਰੇ ਦੇ ਨਾਂ ਨਾਲ ਜਾਣੇ ਜਾਂਦੇ ਸੀ। ਜਿਵੇਂ ਸਿੱਧੂ ਗੋਤ ਹੈ, ਸਿੱਧੂਆਂ ਦਾ ਵਡੇਰਾ ਖੀਵਾ ਰਾਓ ਦਾ ਪੁੱਤਰ ਸਿੱਧੂ ਸੀ, ਜਿਸ ਦਾ ਜਨਮ 1250 ਈਸਵੀ ਵਿੱਚ ਹੋਇਆ। ਉਸਦਾ ਸਾਰਾ ਕਬੀਲਾ ਸਿੱਧੂ ਅਖਵਾਇਆ। ਇਸੇ ਕੁੱਲ ਦੇ ਪਿੱਛੋਂ ਹਮੀਰੇ ਦਾ ਪੁੱਤਰ ਬਰਾੜ ਜੰਮਿਆ ਤਾਂ ਉਸਦੇ ਨਾਂ ਤੇ ਬਰਾੜ ਗੋਤ ਚੱਲ ਪਿਆ। ਇਸ ਬਾਰੇ ਸਰ ਡੈਨਜ਼ਿਲ ਇਬੇਸਨ ਦੀ ਕਿਤਾਬ ਹੈ 1916 ਵਿੱਚ ਛਪੀ ਸੀ, ਜਿਸਦਾ ਨਾਮ ਹੈ ਪੰਜਾਬ ਕਾਸਟਸ। ਉਸ ਵਿੱਚ ਪੰਜਾਬ ਦੇ ਲੋਕਾਂ ਦੀਆਂ ਗੋਤਾਂ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ। ਯਾਨੀ ਕਿਸੇ ਵਡੇਰੇ ਦੇ ਨਾਮ ਤੋਂ ਗੋਤ ਬਣੀ ਤੇ ਅੱਗੋਂ ਉਹਦੀ ਔਲਾਦ ਨੇ ਆਪਣੇ ਨਾਵਾਂ ਨਾਲ ਉਹ ਗੋਤ ਲਵਾ ਲਈ। ਇਹ ਗੋਤਾਂ ਵਾਲਾ ਟੌਪਿਕ ਇੱਕ ਅਲੱਗ ਹੈ ਕਿਉਂਕਿ ਇਹ ਅੱਗੇ ਹੋਰ ਲੰਬਾਈ 'ਚ ਫੈਲਿਆ ਹੋਇਆ ਕਾਫੀ ਲੰਮਾ ਚੌੜਾ ਮਸਲਾ ਹੈ। ਜਿਵੇਂ ਸਿੱਧੂ ਗੋਤ ਜੱਟਾਂ ਦੀ ਵੀ ਹੈ, ਮਜ਼੍ਹਬੀ ਸਿੰਘਾਂ ਦੀ ਵੀ ਹੈ, ਬਲਕਿ ਕੁਝ ਹਿੰਦੂ ਜਾਟ ਵੀ ਉਹ ਸਿੱਧੂ ਨੇ। ਖੈਰ ਆਪਾਂ ਜਠੇਰਿਆਂ ਤੇ ਸੀ। ਸੋ ਹੌਲੀ ਹੌਲੀ ਜਠੇਰੇ ਇੱਕ ਧਾਰਮਿਕ ਰਵਾਇਤ ਵਜੋਂ ਪੂਜੇ ਜਾਣ ਲੱਗ ਪਏ ਤੇ ਸਿੱਖ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੇ ਨਾਮ ਤੇ, ਭਾਵ ਜਠੇਰਿਆਂ ਦੇ ਨਾਮ ਤੇ, ਗੁਰਦੁਆਰੇ ਵੀ ਬਣਾ ਲਏ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਤੇ ਸਾਲ ਬਾਅਦ ਅਖੰਡ ਪਾਠਾਂ ਦੇ ਭੋਗ ਵੀ ਪੈਣ ਲੱਗ ਪਏ। ਪਰ ਜਠੇਰਿਆਂ ਨੂੰ ਕਿਉਂਕਿ ਸਿੱਖੀ ਰੰਗਤ ਦੇਣੀ ਸੀ ਤਾਂ ਇਹਨਾਂ ਨੂੰ ਬਾਬੇ ਸ਼ਹੀਦ ਬਣਾ ਦਿੱਤਾ ਗਿਆ। ਸ਼ਹੀਦ ਇੱਕ ਵੱਖਰਾ ਵਿਸ਼ਾ ਹੈ ਸਿੱਖ ਕੌਮ 'ਚ। ਸਿੱਖੀ ਖਾਤਰ ਲੱਖਾਂ ਸ਼ਹੀਦੀਆਂ ਹੋਈਆਂ, ਇਸੇ ਤਰ੍ਹਾਂ ਬਾਬੇ ਯਾਨੀ ਬਜ਼ੁਰਗ। ਤਾਂ ਬਾਬੇ ਸ਼ਹੀਦ ਬਣਾ ਕੇ ਜਠੇਰੇ ਪੂਜੇ ਜਾਣ ਲੱਗੇ, ਪਰ ਮੰਨਿਆ ਐਜ਼ ਜਠੇਰੇ ਜਾਂਦਾ ਹੈ ਕਿ ਇਹ ਸਾਡੇ ਜਠੇਰੇ ਆ, ਸਾਡੇ ਜਠੇਰਿਆਂ ਦੀ ਜਗ੍ਹਾ ਮੜੀ ਹੈ। ਪੰਜਾਬ ਵਿੱਚ ਖਾਸ ਕਰਕੇ ਦੁਆਬੇ ਵਿੱਚ ਕੋਈ ਪੈਲੀ ਬੰਨਾ ਨਹੀਂ ਹੋਣਾ ਜਿੱਥੇ ਜਠੇਰਿਆਂ ਦੀਆਂ ਮੜੀਆਂ ਨਹੀਂ ਬਣੀਆਂ। ਇਸੇ ਤਰ੍ਹਾਂ ਜਠੇਰਿਆਂ ਦੀ ਪੂਜਾ ਨੂੰ ਹੋਰ ਅੱਗੇ ਲਿਜਾਂਦੇ ਹੋਏ, ਜਦੋਂ ਉਸ ਪਰਿਵਾਰ ਵਿੱਚ ਕੋਈ ਵਿਆਹ ਹੁੰਦਾ ਸੀ ਤਾਂ ਜੰਝ ਚੜ੍ਹਨ ਵੇਲੇ ਪਹਿਲਾਂ ਜਠੇਰਿਆਂ ਦੇ ਮੱਥਾ ਟਿਕਾਇਆ ਜਾਂਦਾ। ਇਸੇ ਤਰ੍ਹਾਂ ਵਿਆਹ ਕੇ ਲਿਆਂਦੀ ਨਵੀਂ ਨੂੰਹ ਵੀ, ਉਹਨੂੰ ਵੀ ਵਿਆਹ ਤੋਂ ਅਗਲੇ ਦਿਨ ਜਠੇਰਿਆਂ ਦੇ ਮੱਥਾ ਟਿਕਾਇਆ ਜਾਂਦਾ। ਕੋਈ ਡੰਗਰ ਸੂਇਆ ਤਾਂ ਉਹਦੀ ਬੌਲੀ ਜਾਂ ਖੀਰ ਜਠੇਰਿਆਂ ਨੂੰ ਚੜ੍ਹਾਈ ਜਾਂਦੀ ਹੈ। ਇੱਕ ਗੱਲ ਹੋਰ ਕਿ ਬਹੁਤਾਤ ਇਹ ਜਠੇਰੇ ਪਿੰਡੋਂ ਬਾਹਰ ਹੁੰਦੇ ਆ, ਯਾਨੀ ਖੂਹਾਂ ਤੇ ਹੁੰਦੇ ਆ, ਜਿਵੇਂ ਡੇਰੇ ਵੀ ਕਹਿ ਲੈਂਦੇ ਆ, ਜਿੱਥੇ ਡੰਗਰ ਵੱਛਾ ਰੱਖਿਆ ਹੁੰਦਾ ਆਪਾਂ ਪਿੰਡਾਂ 'ਚ।
ਉਹਦਾ ਕਾਰਨ ਇਹ ਸੀ ਕਿ ਪਹਿਲਾਂ ਪਰਿਵਾਰ ਦਾ ਜੇਠਾ ਪੁੱਤ ਵਿਆਹ ਨਹੀਂ ਸੀ ਜ਼ਿਆਦਾ ਕਰਾਉਂਦਾ, ਜਾਂ ਉਹਦਾ ਵਿਆਹ ਨਾ ਹੋਣਾ ਤਾਂ ਉਹ ਬਹੁਤਾ ਸਮਾਂ ਖੂਹ ਤੇ ਡੇਰੇ ਤੇ ਹੀ ਰਹਿੰਦਾ ਸੀ, ਉੱਥੇ ਡੰਗਰ ਵੱਛਾ ਸਾਂਭਦਾ ਰਿਹਾ ਹੋਣ ਕਰਕੇ। ਤਾਂ ਪਰਿਵਾਰ ਨੇ ਉੱਥੇ ਖੂਹ ਤੇ ਹੀ ਉਹਦੀ ਇੱਕ ਮੜੀ ਜਿਹੀ ਬਣਾ ਦੇਣੀ। ਸੋ ਜਠੇਰਿਆਂ ਦਾ ਇਹ ਕਨਸੈਪਟ ਅਸਲ ਦੇ ਵਿੱਚ ਬਜ਼ੁਰਗਾਂ ਨਾਲ, ਗੋਤ ਨਾਲ ਜੁੜਿਆ ਮਿਲਦਾ ਹੈ, ਪਰ ਸਮੇਂ ਦੇ ਹਿਸਾਬ ਨਾਲ ਲੋਕਾਂ ਨੇ ਇਹਨੂੰ ਧਾਰਮਿਕ ਰੀਤ ਬਣਾ ਲਿਆ, ਧਰਮ ਨਾਲ ਜੋੜ ਲਿਆ। ਸਿੱਖ ਪਰਿਵਾਰਾਂ ਨੇ ਇਸ ਨੂੰ ਸਿੱਖੀ ਨਾਲ ਜੋੜ ਕੇ ਗੁਰਦੁਆਰੇ ਬਣਾ ਲਿਆ, ਪਰ ਅਸਲ ਵਿੱਚ ਇਹ ਸਿਰਫ ਪਖੰਡ ਹੈ। ਆਪਣੇ ਸਿਆਣੇ ਬਜ਼ੁਰਗ ਨੂੰ ਯਾਦ ਕਰਨਾ ਮਾੜਾ ਨਹੀਂ, ਉਹਨੂੰ ਸਤਿਕਾਰ ਦੇਣਾ ਉਹ ਵੀ ਗਲਤ ਨਹੀਂ, ਪਰ ਉਹਨੂੰ ਪੂਜਣਾ ਇਹ ਬਿਲਕੁਲ ਪਖੰਡ ਦਾ ਰੂਪ ਹੈ। ਅਖੀਰ ਤੇ ਸਾਡੇ ਜਠੇਰਿਆਂ ਦੀ ਗੱਲ ਦੱਸਦਾ ਮੈਂ, ਉਹ ਆਪਾਂ ਨਾ ਤਾਂ ਪੂਜਦੇ ਆ ਤੇ ਨਾ ਆਪਣਾ ਜਠੇਰਿਆਂ 'ਚ ਯਕੀਨ ਆ। ਤੇ ਗੋਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਾਡੀ ਗੋਤ ਦਾ ਪਿੰਡਰ, ਇੱਕ ਸਿੱਖ ਦੇ ਤੌਰ ਤੇ ਚਲੋ ਗੋਤ ਦਾ ਕੋਈ ਮਹੱਤਵ ਨਹੀਂ, ਪਰ ਇੱਕ ਉਦਾਹਰਣ ਦੇਣ ਨੂੰ ਤੁਹਾਨੂੰ ਸਮਝਾਉਣ ਨੂੰ ਇਹ ਐਗਜ਼ਾਮਪਲ ਦੇਣ ਲੱਗਾ ਕਿ ਸਾਡੇ ਪਰਿਵਾਰ ਯਾਨੀ ਜੋ ਪਿੰਡਰ ਗੋਤ ਵਾਲੇ ਪਰਿਵਾਰ, ਅਸੀਂ ਜਿਹੜੇ ਪਿੰਡ ਰਹਿੰਦੇ ਹਾਂ, ਸਾਡੇ ਬਜ਼ੁਰਗ 47 ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਸਿਆਲਕੋਟ ਜ਼ਿਲ੍ਹੇ 'ਚੋਂ ਇੱਧਰ ਆਏ ਸੀ। ਕੁਝ ਸਾਲ ਪਹਿਲਾਂ ਸਾਡੇ ਪਰਿਵਾਰਾਂ ਵਿੱਚ ਕੁਝ ਉੱਪਰੋਂ ਥੱਲੀ ਮੌਤਾਂ ਹੋਈਆਂ, ਕਾਫੀ ਸਾਲ 6 ਮਹੀਨਿਆਂ ਦੇ ਵਕਫੇ 'ਚ ਕੁਝ ਬਜ਼ੁਰਗ ਜਿਹੜੇ ਸੀ ਉਹ ਚੜ੍ਹਾਈ ਕਰ ਗਏ। ਬਜ਼ੁਰਗ ਤਾਂ ਚਲੋ ਸਮਾਂ ਆਇਆ ਤੇ ਅਕਾਲ ਚਲਾਣਾ ਹੋਇਆ, ਪਰ ਇੱਕਦਮ ਥੋੜੇ ਥੋੜੇ ਸਮੇਂ ਬਾਅਦ ਹੋਈਆਂ ਮੌਤਾਂ ਕਰਕੇ, ਜਿਵੇਂ ਬੀਬੀਆਂ 'ਚ ਹੁੰਦਾ ਕਿ ਪਤਾ ਨਹੀਂ ਕੀ ਕਰੋਪੀ ਆ, ਕੋਈ ਕਸਰ ਆ, ਕੋਈ ਹਵਾ ਆ ਜਿਹੜਾ ਇੰਨੀਆਂ ਮੌਤਾਂ ਹੋ ਰਹੀਆਂ। ਵੈਸੇ ਵੀ ਜਠੇਰੇ ਬਹੁਤ ਬੀਬੀਆਂ ਹੀ ਪੂਜਦੀਆਂ, ਸੋ ਬੀਬੀਆਂ ਕਹਿਣ ਕੇ ਆਪਾਂ ਕਦੇ ਜਠੇਰੇ ਨਹੀਂ ਪੂਜੇ, ਆਪਣੇ ਤਾਂ ਇਹ ਤਾਂ ਮੌਤਾਂ ਹੋ ਰਹੀਆਂ, ਆਪਾਂ ਨੂੰ ਜਠੇਰੇ ਲੱਭਣੇ ਚਾਹੀਦੇ ਆ। ਗੱਲ ਚੱਲੀ ਤੇ ਸਾਰੇ ਕਹਿਣ ਵੀ ਜਠੇਰੇ ਆਪਣੇ ਤਾਂ ਉੱਧਰ ਪਾਕਿਸਤਾਨ 'ਚ ਆ, ਉੱਧਰ ਜਾਣਾ ਪੈਣਾ, ਉੱਧਰ ਹੀ ਲੱਗੂ ਪਤਾ ਵੀ ਜਠੇਰੇ ਕਿੱਥੇ ਆਪਣੇ, ਕਿਉਂਕਿ ਜਿੱਥੋਂ ਬਜ਼ੁਰਗ ਆਏ ਜਾ ਰੱਖ ਕੇ ਇਹ ਇਲਾਕਾ ਤਾਂ ਸਾਡਾ ਨਹੀਂ ਮਤਲਬ ਸੀਗਾ, ਬੇਸਿਕਲੀ ਅਸੀਂ ਉੱਧਰੋਂ ਉੱਠ ਕੇ ਆਏ, ਜਠੇਰੇ ਜਾਂ ਜਿਹੜਾ ਬੇਸਿਕ ਲੋਕੇਸ਼ਨ ਹੋਊਗੀ, ਥਾਂ ਹੋਊਗੀ, ਉਹ ਉੱਧਰ ਹੀ ਹੋਣੀ ਆ। ਹੁਣ ਪਾਕਿਸਤਾਨ ਦੇ ਨਾਮ ਤੋਂ ਸਾਰੇ ਚੁੱਪ ਹੋ ਗਏ, ਮਗਰ ਉਹ ਸਾਰੀਆਂ ਬੀਬੀਆਂ ਵੀ ਨਹੀਂ ਕੁਸਕੀਆਂ। ਹੁਣ ਉਹ ਮੌਤਾਂ ਕੁਦਰਤੀ ਸੀ, ਪਰ ਲੋਕਾਂ 'ਚ ਵਹਿਮ ਪੈ ਜਾਂਦਾ ਕਿ ਜਠੇਰੇ ਨਾ ਪੂਜਣ ਤੇ ਇਹ ਸਾਰਾ ਕੁਝ ਹੁੰਦਾ, ਬਾਬੇ ਸ਼ਹੀਦਾਂ ਦਾ ਪਹਿਰਾ ਲੱਗ ਜਾਂਦਾ, ਬਾਬੇ ਸ਼ਹੀਦ ਇਹ ਸਭ ਕਰਦੇ ਆ। ਬੰਦਾ ਪੁੱਛੇ ਵੀ ਸ਼ਹੀਦ ਭਲਾ ਇਹ ਕੰਮ ਕਰਦੇ ਆ, ਸ਼ਹੀਦਾਂ ਦਾ ਰੁਤਬਾ, ਸ਼ਹੀਦੀ ਦਾ ਰੁਤਬਾ ਕਿੰਨਾ ਉੱਚਾ, ਤੇ ਸਾਡੇ ਲੋਕਾਂ ਨੇ ਉਹਨਾਂ ਨੂੰ ਡਰਾਉਣ ਨੂੰ ਰੱਖ ਲਿਆ ਵੀ ਆਪਾਂ ਫਲਾਣੀ ਗੱਲ ਨਹੀਂ ਕੀਤੀ, ਬਾਬੇ ਸ਼ਹੀਦ ਸਾਡੇ ਤੋਂ ਗੁੱਸੇ ਆ, ਸਾਨੂੰ ਤਾਂ ਤੰਗ ਕਰਦੇ ਆ। ਖੈਰ ਸਾਡੇ ਟੱਬਰ ਨੇ ਮਗਰੋਂ ਪਾਕਿਸਤਾਨ ਦੇ ਨਾਮ ਤੋਂ ਜਠੇਰਿਆਂ ਦਾ ਨਾਮ ਨਹੀਂ ਲਿਆ, ਨਾ ਹੁਣ ਕੋਈ ਪੂਜਦਾ, ਨਾ ਸਾਡੇ ਪਿੰਡ ਸਾਡੇ ਪਰਿਵਾਰ ਦੇ ਜਾਂ ਗੋਤ ਵਾਲਿਆਂ ਦੀ ਕਿਸੇ ਜਠੇਰੇ ਦੀ ਕੋਈ ਮੜੀ ਬਣੀ ਹੈ। ਕੁੱਲ ਮਿਲਾ ਕੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ ਕੋਈ ਚੱਕਰ ਨਹੀਂ, ਪਰ ਉਹਨਾਂ ਨੂੰ ਇੱਕ ਸ਼ਕਤੀ ਬਣਾ ਕੇ, ਇੱਕ ਤਾਕਤ ਬਣਾ ਕੇ ਜਾਂ ਬਾਬੇ ਸ਼ਹੀਦ ਬਣਾ ਕੇ ਪੂਜਣਾ ਪਖੰਡ ਤੋਂ ਬਿਨਾਂ ਹੋਰ ਕੁਛ ਨਹੀਂ ਹੈਗਾ। ਗੁਰਬਾਣੀ ਸਿੱਖ ਨੂੰ ਅਜਿਹੇ ਵਹਿਮਾਂ 'ਚੋਂ ਬਾਹਰ ਕੱਢਦੀ ਹੈ, ਅਸੀਂ ਵਹਿਮ ਦੇ ਨਾਮ ਤੇ ਗੁਰਦੁਆਰੇ ਬਣਾ ਦਿੱਤੇ, ਇਹ ਸਾਡੇ ਗਰਕੇ ਹੋਣ ਦੀ ਨਿਸ਼ਾਨੀ ਆ। ਲੋੜ ਹੈ ਲੋਕਾਂ 'ਚ ਜਾਗਰੂਕਤਾ ਲਿਆਉਣ ਦੀ, ਸਿੱਖੀ ਪ੍ਰਚਾਰ ਦੀ ਤੇ ਗੁਰਬਾਣੀ ਦੇ ਅਸਲ ਸਿਧਾਂਤ ਨੂੰ ਲੋਕਾਂ 'ਚ ਪਹੁੰਚਾਉਣ ਦੀ, ਤਾਂ ਜੋ ਅਸੀਂ ਅਜਿਹੇ ਫੋਕੇ ਕਰਮਕਾਂਡਾਂ ਪਖੰਡਾਂ ਤੋਂ ਬਚ ਕੇ ਇੱਕ ਅਕਾਲ ਪੁਰਖ ਨਾਲ ਜੁੜੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਦਾ ਸਫ਼ਰ ਤੈਅ ਕਰ ਸਕੀਏ। ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਜੇ ਕੋਈ ਤੁਹਾਡੇ 'ਚੋਂ ਜਾਣਕਾਰ ਕੋਈ ਜਠੇਰਿਆਂ ਦੀ ਪੂਜਾ ਕਰਦਾ ਉਹਨੂੰ ਵੀ ਜ਼ਰੂਰ ਦਿਖਾਇਓ ਕਿ ਉਹਨੂੰ ਜਠੇਰਿਆਂ ਦਾ ਅਸਲ ਮਤਲਬ ਪਤਾ ਲੱਗ ਸਕੇ।